ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਢੱਲਾ 10+2 CBSE ਬੋਰਡ ਦੇ ਰਿਜ਼ਲਟ ਆਏ ਨੇ ਰਿਜ਼ਲਟਸ ਬੜੇ ਅੱਛੇ ਆਏ ਨੇ 99.37% ਪਾਸ ਪਰਸੈਂਟੇਜ ਆਇਆ ਸੋ ਬਹੁਤ ਵੱਡੀ ਜਿਹੜੀ ਸਫਲਤਾ ਸਾਡੇ ਵਿਦਿਆਰਥੀਆਂ ਨੇ ਹਾਸਲ ਕੀਤੀ ਹੈ ਔਰ ਲਗਭਗ ਹਰ ਵਿਦਿਆਰਥੀ ਨੂੰ ਉਹਨਾਂ ਦਾ ਰਿਜ਼ਲਟ ਹੁਣ ਤੱਕ ਪਤਾ ਲੱਗ ਚੁੱਕਿਆ ਹੈ ਸੋ ਹੁਣ ਖਾਸ ਤੌਰ ਤੇ ਉਹ ਵਿਦਿਆਰਥੀ ਜਿਨ੍ਹਾਂ ਦੀ ਆਲਟਸ ਚੱਲ ਰਹੀ ਹੈ ਜਾਂ ਜਿਨ੍ਹਾਂ ਦੀ ਆਲਟਸ ਕੰਪਲੀਟ ਹੋ ਗਈ ਉਹਨਾਂ ਦੇ ਲਈ ਇੱਕ ਨਵੀਂ এডੂਕੇਸ਼ਨ ਦੁਨੀਆ ਦੇ ਦਰਵਾਜ਼ੇ ਖੁੱਲ ਗਏ ਨੇ ਚਾਹੇ ਉਹ ਇੰਡੀਆ ਦੇ ਵਿੱਚ ਪੜ੍ਹਾਈ ਕਰਨ ਬਹੁਤ ਸਾਰੀਆਂ ਆਪਸ਼ਨਸ ਨੇ ਚਾਹੇ ਉਹ ਦੁਨੀਆ ਦੇ ਦੂਜੇ ਹਿੱਸਿਆਂ 'ਚ ਕੈਨੇਡਾ ਯੂਕੇ ਯੂਐਸਏ ਆਸਟ੍ਰੇਲੀਆ 'ਚ ਪੜ੍ਹਾਈ ਕਰਨ ਤੇ ਗੱਲ ਸਭ ਤੋਂ ਪਹਿਲਾਂ ਕੈਨੇਡਾ ਦੀ ਕਰਾਂਗੇ ਕਿਉਂਕਿ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵਕਤ ਟ੍ਰੈਂਡ ਔਰ ਕ੍ਰੇਜ਼ ਕੈਨੇਡਾ ਦਾ ਹੈ ਜਿਹੜੇ ਹੁਣ ਵਿਦਿਆਰਥੀਆਂ ਨੇ 10+2 ਪਾਸ ਕੀਤੀ ਹੈ ਉਹਨਾਂ ਦੇ ਲਈ ਕੈਨੇਡਾ ਦੇ ਵਿੱਚ ਹੁਣ ਕਿਹੋ ਜਿਹੇ ਮੌਕੇ ਨੇ ਕਿਹੜੀਆਂ ਕਿੜੀਆਂ ਗੱਲਾਂ ਦਾ ਉਹ ਖਿਆਲ ਰੱਖਣ ਆਰਸ ਦਾ ਸਕੋਰ ਉਹਨਾਂ ਦਾ ਕੀ ਹੋਣਾ ਚਾਹੀਦਾ ਹੈ ਇਹ ਸਾਰੇ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਜਾਣਕਾਰੀ ਲਵਾਂਗੇ ਜਸਮੀਤ ਸਿੰਘ ਪਾਟਿਆ ਜੀ ਤੋਂ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਔਰ ਜਸਮੀਤ ਜੀ ਤੋਂ ਇੱਕ ਇੱਕ ਸਵਾਲ ਦੇ ਉੱਤੇ ਅੱਜ ਜਾਣਕਾਰੀ ਹਾਸਲ ਕਰਾਂਗੇ ਕਿ ਵਿਦਿਆਰਥੀ ਖਾਸ ਤੌਰ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਤਾਂ ਕਿ ਉਹਨਾਂ ਨੂੰ ਸਕਸੈਸ ਵੀ ਮਿਲੇ ਔਰ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨ ਦਾ ਡ੍ਰੀਮ ਹੈ ਉਹ ਵੀ ਪੂਰਾ ਹੋਵੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜਸਮੀ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਰਿਜ਼ਲਟ ਆਏ ਨੇ ਬੜੇ ਅੱਛੇ ਆਏ ਨੇ ਸਟੂਡੈਂਟਸ ਨੂੰ ਗੁੱਡ ਵਿਸ਼ਸ ਕਿਸ ਰੂਪ ਚ ਦੇਣਾ ਚਾਹੋਗੇ ਸੋ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ ਸਾਰੇ ਸਟੂਡੈਂਟਸ ਨੂੰ ਕਿਉਂਕਿ ਰਿਜ਼ਲਟ ਬਹੁਤ ਵਧੀਆ ਆਇਆ ਔਰ ਬਹੁਤ ਸਾਰੇ ਸਟੂਡੈਂਟ ਜਿਹੜੇ ਮੇਰੇ ਟੱਚ ਸੀ ਉਹਨਾਂ ਨੇ ਕਿਹਾ ਕਿ ਸਾਡੇ ਬਹੁਤ ਸਾਰੇ ਸਬਜੈਕਟਸ ਚੋਂ ਅਬਵ 90 ਮਾਰਕਸ ਆਏ ਆ ਸੋ ਇਟ ਇਜ਼ ਰੀਲੀ ਅ ਗੁੱਡ ਰਿਜ਼ਲਟ ਸੋ ਜਿਹੜੇ ਵੀ ਹੁਣ ਕੈਨੇਡਾ ਜਾਣਾ ਚਾਹੁੰਦੇ ਆ ਪਰਸੈਂਟੇਜ ਆਫ ਮਾਰਕਸ ਬਹੁਤ ਜ਼ਿਆਦਾ ਮੈਟਰ ਕਰਦੀ ਸੀ ਉਹਨਾਂ ਸਾਰਿਆਂ ਵਾਸਤੇ ਔਰ ਜਿੰਨੀ ਜ਼ਿਆਦਾ ਪਰਸੈਂਟੇਜ ਹੋਏਗੀ ਉਹਨਾਂ ਜ਼ਿਆਦਾ ਬੈਟਰ ਵੀਜ਼ਾ ਸਕਸੈਸਰ ਰਹੇਗਾ ਸੋ ਸੋ ਅੱਜ ਮੈਂ ਕੀ ਕਹਿੰਦੇ ਆ ਯੈਸਟਰਡੇ ਆਈ ਵਾਸ ਇਨ ਮੋਗਾ ਆਫਿਸ ਸੋ ਕਾਫੀ ਸਾਰੇ ਸਟੂਡੈਂਟਸ ਮੈਨੂੰ ਮਿਲੇ ਕਿ ਕਹਿੰਦੇ ਆ ਆਫਿਸ ਚ ਐਂਡ ਸਟੂਡੈਂਟਸ ਨੇ ਦੱਸਿਆ ਕਿ ਕਿਸੇ ਦੇ 7.5 ਬੈਂਡ ਸੀ ਕਿਸੇ ਦੇ 6.5 ਬੈਂਡ ਸੀ ਆਲਰੇਡੀ ਆਈਲੈਟਸ ਕਰ ਚੁੱਕੇ ਨੇ ਐਂਡ ਦੇ ਵਰ ਕਨਫਿਊਜ਼ਡ ਅਬਾਊਟ ਅਪਲਾਈਂਗ ਇਨ ਜਨਵਰੀ ਇਨਟੇਕ ਔਰ ਉਹਨਾਂ ਨਾਲ ਮੈਂ ਸ਼ੇਅਰ ਕੀਤਾ ਕਿ ਜਿਹੜੇ ਜਿਹੜੇ ਕਾਲਜਸ ਚੋਂ ਅਪਲਾਈ ਕਰਨਾ ਚਾਹੁੰਦੇ ਆ already کافی سارے 코र्सेस वेट लिस्ट हो चुके ने सो so, स्टूडेंट्स मेरी रिक्वेस्ट है सो so, जे ਤੁਹਾਡਾ ਆਇਲਟ ਤੁਸੀਂ ਕੀਤਾ ਹੋਇਆ ਔਰ ਹੁਣ ਤੁਹਾਡਾ ਰਿਜ਼ਲਟ ਆ ਗਿਆ ਸੀਬੀਐਸਸੀ ਬੋਰਡ ਦਾ ਤਾਂ ਅਸੀਂ ਜਲਦ ਤੋਂ ਜਲਦ ਆਪਣਾ ਸਟੂਡੈਂਟ ਵੀਜ਼ਾ ਲਈ ਆਫਰ ਲੈਟਰ ਅਪਲਾਈ ਕਰਦੀਏ ਨਹੀਂ ਤਾਂ ਕਿਤੇ ਜਨਵਰੀ ਇਨਟੇਕ ਮਿਸ ਨਾ ਹੋ ਜਾਏ ਕਿਉਂਕਿ ऑलरेडी ਬਹੁਤ سارے ਕਾਲਜਸ ਦਾ ਜਿਹੜਾ ਜਨਵਰੀ ਇਨਟੇਕ ਹੈ ਉਹ ਵੇਟ ਲਿਸਟਡ ਹੈਗਾ ਸੋ ਰਿਜ਼ਲਟ ਬਹੁਤ ਵਧੀਆ ਆਇਆ ਬਹੁਤ ਵਧੀਆ ਗੱਲ ਆ ਸਟੂਡੈਂਟਸ ਨੂੰ ਇੱਕ ਹੰਗਾਰਾ ਮਿਲੂਗਾ ਕਿ ਬਾਹਰ ਜਾ ਕੇ ਵੀ ਐਸੇ ਅੱਛਾ ਪਰਫਾਰਮ ਕਰਨਾ ਹੈ ਔਰ ਆਇਲਟਸ ਕਾਫੀ سارے ਬੱਚਾ ਨੇ ਦੇਖਣ ਨੂੰ ਮਿਲ ਰਿਹਾ ਕਿ ਆਇਲਟਸ ਆਲਰੇਡੀ ਕੀਤਾ ਹੋਇਆ ਸੋ ਉਹਨਾਂ ਨੂੰ ਬਿਨਾਂ ਕੋਈ ਦੇਰੀ ਕੀਤੇ ਹੋਏ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਪੜ੍ਹਨਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਆਪਣੀ ਆਫਰ ਲੈਟਰ ਅਪਲਾਈ ਕਰ ਦਿਓ ਸਰ ਜੀ ਇਹ ਸਭ ਤੋਂ ਵੱਡਾ ਫਸਟ ਸਟੈਪ ਰਹੇਗਾ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਲਕੁਲ ਠੀਕ ਹੈ ਆਲਟਸ ਦਾ ਸਕੋਰ ਹੁਣ ਸਟੂਡੈਂਟਸ ਕਿਵੇਂ ਫੋਕਸ ਕਰਨ ਕਿੰਨਾ ਆਲਟਸ ਦਾ ਸਕੋਰ ਹੋਣਾ ਚਾਹੀਦਾ ਹੈ ਅਪਲਾਈ ਕਰਨ ਵੇਲੇ ਹੁਣ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਉਹਨਾਂ ਨੂੰ ਤੇ ਕਿਹੜੀਆਂ ਕਿੜੀਆਂ ਗੱਲਾਂ ਦਾ ਖਿਆਲ ਰੱਖਣ ਹੁਣੇ ਸਮਝਾ ਦਈਏ ਅੱਖਾਂ ਬੰਦ ਕਰਕੇ ਸਾਡੇ ਸਟੂਡੈਂਟ ਮੋਂਟਰੀਅਲ ਵੱਲ ਨੂੰ ਨਾ ਸੋਚਣ ਬਹੁਤ ਸੋਚ ਸਮਝ ਕੇ ਪ੍ਰੋਵਿੰਸ ਦੀ ਚੋਣ ਕਰਨ ਪਰ ਸਭ ਤੋਂ ਪਹਿਲਾਂ ਡਾਕੂਮੈਂਟਸ ਕਿਹੜੇ ਜ਼ਰੂਰੀ ਹੈ ਜੀ ਔਰ ਆਲਟਸ ਦਾ ਸਕੋਰ ਕਿੰਨਾ ਹੋਣਾ ਚਾਹੀਦਾ ਸੋ ਆਇਲਟਸ ਦੀ ਜੇ ਸਕੋਰ ਦੀ ਗੱਲ ਕਰਾਂ ਤਾਂ ਆਇਲਟਸ ਦਾ ਸਕੋਰ 6 ਸੀਚ ਮੋਸਟ ਪ੍ਰੇਫਰੇਬਲ ਹੈਗਾ ਔਰ 6 ਸੀਚ ਆ ਬਹੁਤ ਜ਼ਿਆਦਾ ਰਿਕੁਆਇਰਡ ਹੈਗਾ ਇਸ ਲਈ ਕਿਉਂਕਿ ਐਸਡੀਐਸ ਕੈਟਾਗਰੀ ਚ ਜੇ ਤੁਸੀਂ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ 6ਸੀ ਚ ਹੋਣਾ ਬਹੁਤ ਜ਼ਿਆਦਾ ਨੈਸੈਸਰੀ ਹੋਣਾ ਚਾਹੀਦਾ ਸੋ ਜੇ ਤੁਸੀਂ ਨੋਨ ਐਸਡੀਐਸ ਫਾਈਲ ਲਾਣਾ ਚਾਹੁੰਦੇ ਹੋ ਤਾਂ ਇੱਕ ਚੋਂ 5.5 ਬੈਂਡ ਵੀ ਐਕਸੈਪਟੇਬਲ ਹੈਗੇ ਆ ਸੋ ਇੱਕ ਚੋਂ 5.5 ਬੈਂਡ ਇਸ ਕੀ ਡਿਜ਼ਾਇਰਡ ਰਿਜ਼ਲਟ ਦਾ 6ਸੀ ਚ ਹੀ ਹੈ ਪਰ ਇੱਕ ਚੋਂ 5.5 ਬੈਂਡ ਵੀ ਜੇ ਤੁਹਾਨੂੰ ਗਵਰਨਮੈਂਟ ਕਾਲਜ ਤੋਂ ਆਫਰ ਲੈਟਰ ਮਿਲ ਜਾਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਬਟ 6ਏ ਚ ਵਿਲ ਗਿਵ ਯੂ ਬੈਟਰ ਰਿਜ਼ਲਟਸ ਦੈਟ ਇਜ਼ ਦਾ ਫਰਸਟ ਥਿੰਗ ਹੁ ਡਾਕੂਮੈਂਟਸ ਦੀ ਜੇ ਅਸੀਂ ਗੱ ਸਰਟੀਫਿਕੇਟ 12th ਦਾ ਤੁਹਾਡੇ ਕੋਲ ਹਲੇ ਰਿਜ਼ਲਟ ਕਾਰਡ ਆਉਣ ਨੂੰ ਟਾਈਮ ਲੱਗੇਗਾ ਬਟ 12th ਦਾ ਆਨਲਾਈਨ ਰਿਜ਼ਲਟ ਅਸੀਂ ਸ਼ੇਅਰ ਕਰ ਸਕਦੇ ਹਾਂ ਕਾਲਜ ਲਈ ਆਫਰ ਲੈਟਰ ਲਈ ਔਰ IELTS ਦਾ ਐਗਜ਼ਾਮ ਜੇ TIER-R ਫੈਗਾ ਤਾਂ that is better ਐਂਡ ਪਾਸਪੋਰਟ ਕਾਪੀ ਇਨ੍ਹਾਂ ਚਾਰ ਚੀਜ਼ਾਂ ਦੀ ਲੋਡ ਹੋਏਗੀ ਰੀਸੈਂਟ ਪਾਸ ਆਊਟ ਵਾਲੇ ਸਟੂਡੈਂਟਸ ਨੂੰ 10th 12th ਪਾਸਪੋਰਟ ਐਂਡ IELTS ਦਾ ਸਰਟੀਫਿਕੇਟ ਦੇ ਨਾਲ ਤੁਸੀਂ ਆਪਣੀ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਤੇ ਸਟੂਡੈਂਟਸ ਦੇ ਗਾਰਡੀయన్స్ ਨੂੰ ਕੀ ਕਹਿਣਾ ਚਾਹੋਗੇ ਮਾਪੇ-ਬਾਪ ਨੂੰ ਬੱਚਿਆਂ ਦੇ ਕੀ ਕਹਿਣਾ ਚਾਹੋਗੇ ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਸੋ ਹੁਣ ਆਲਰੇਡੀ ਤੁਸੀਂ ਪਲੱਸ 2 ਦਾ ਰਿਜ਼ਲਟ ਆ ਗਿਆ ਹੈ ਜੇ ਆਇਲੈਂਡਸ ਵੀ ਸਟੂਡੈਂਟ ਨੇ ਕਰ ਰਹੀ ਹੈ ਪਰ ਆਪਣੇ ਕੋਲ ਫੰਡਸ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਦੇਖਦਾ ਕਿ ਕਾਫੀ ਸਾਰੇ ਬੱਚੇ ਆਫਰ ਲੈਟਰ ਅਪਲਾਈ ਕਰ ਜਾਂਦੇ ਆ ਬਟ ਟਿਊਸ਼ਨ ਫੀਸ ਨਹੀਂ ਪੇ ਕਰ ਪਾਉਂਦੇ ਕਹਿੰਦੇ ਸਾਡੇ ਕੋਲ ਫੰਡਸ ਅਰੇਂਜ ਨਹੀਂ ਹੋ ਪਾਏ ਸੋ ਜਿਹੜੀ ਕੈਨੇਡਾ ਦੀ ਟਿਊਸ਼ਨ ਫੀਸ ਹੈ ਦੈਟ ਇਜ਼ ਬੀਟਵੀਨ 6 ਲੱਖਸ ਟੂ 10 ਲੱਖਸ ਸੋ ਜੇ ਤੁਸੀਂ ਕਿਸੇ ਵੀ ਕਾਲਜ ਪੜਨ ਜਾਣਾ ਜਦੋਂ ਅਸੀ ਆਫਰ ਲੈਟਰ ਆ ਜਾਂਦੀ ਹੈ ਤਾਂ ਵਿਦਨ ਅ ਵੀਕ ਆਫਰ ਲੈਟਰ ਦੀ ਟਿਊਸ਼ਨ ਫੀ ਪੇਮੈਂਟ ਜ਼ਰੂਰ ਕਰੋ ਕਿਉਂਕਿ ਜੇ ਤੁਸੀਂ ਨਹੀਂ ਕਰਦੇ ਹੋ ਤਾਂ ਤੁਹਾਡੀ ਆਫਰ ਲੈਟਰ ਐਕਸਪਾਇਰ ਹੋ ਜਾਏਗੀ ਔਰ ਇਨਟੇਕ ਮਿਸ ਹੋਣ ਦਾ ਖਤਰਾ ਜ਼ਰੂਰ ਰਹੇਗਾ ਸੋ ਪੇਰੈਂਟਸ ਇੱਕ ਆਪਣਾ ਬਜਟਿੰਗ ਜ਼ਰੂਰ ਕਰ ਲੈਣ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਔਰ ਪੇਰੈਂਟਸ ਇਹ ਵੀ ਮਨਪ੍ਰਣਾ ਕਰਨ ਕਿ ਜੇ ਬੱਚਿਆਂ ਨੂੰ ਬਾਹਰ ਭੇਜਣਾ ਹੈ ਤਾਂ ਇੱਕ ਬਹੁਤ ਜ਼ਿਆਦਾ ਆਪਣੇ ਮਨ ਨੂੰ ਦ੍ਰਿੜ ਕਰਨ ਦੀ ਲੋੜ ਹੈ ਮਤਲਬ ਸੋਲਿਡ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਬੱਚੇ ਬਾਹਰ ਜਾਂਦੇ ਆ ਤਾਂ ਪੇਰੈਂਟਸ ਨੂੰ ਬਹੁਤ ਔਖਾ ਲੱਗਦਾ ਹੈ ਕਿ ਸਟੂਡੈਂਟ ਜਦੋਂ ਬਾਹਰ ਪੜਨ ਜਾਂ ਬਿਲਕੁਲ ਠੀਕ ਹੈ ਸੋ 10+2 ਵਾਲੇ ਸਟੂਡੈਂਟਸ ਦੇ ਲਈ ਇਹ ਸਾਰੀਆਂ ਨਵੀਆਂ ਜਾਣਕਾਰੀਆਂ ਨੇ ਕਿ ਉਹਨਾਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਆਫਰ ਲੈਟਰ ਅਪਲਾਈ ਕਰਨ ਦੇ ਲਈ ਜਸਮੀਤ ਜੀ ਜਿਹੜੇ ਸਟੂਡੈਂਟ ਸਾਡੇ +2 ਵਾਲੇ ਨੇ ਉਹ ਲੈਂਡਮਾਰਕ ਦੇ ਕਿਹੜੇ-ਕਿਹੜੇ ਆਫਿਸ 'ਤੇ ਸੰਪਰਕ ਕਰ ਸਕਦੇ ਨੇ ਕਿੱਥੇ-ਕਿੱਥੇ ਤੁਹਾਡੇ ਆਫਿਸਿਜ਼ ਖੁੱਲੇ ਨੇ ਹੈਲਪਲਾਈਨ ਨੰਬਰ ਤੁਹਾਡਾ ਕੋਈ ਇਹਨਾਂ ਬੱਚਿਆਂ ਦੇ ਲਈ ਹੋਵੇਗਾ ਸੋ 90413 90412 ਤੇ ਤੁਸੀਂ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ ਸਾਡੀ ਟੀਮ ਤੁਹਾਨੂੰ ਗਾਈਡ ਕਰੇਗੀ ਕਿ ਨੀਅਰਸਟ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੰਜਾਬ ਚ ਲਗਭਗ ਸਾਰੇ ਹੀ ਸ਼ਹਿਰਾਂ ਚ ਸਾਡੀ ਪ੍ਰੈਜ਼ੈਂਸ ਹੈ ਬਠਿੰਡਾ ਮੋਗਾ ਲੁਧਿਆਣਾ ਜਿਲੰਦਰ ਅੰਮ੍ਰਿਤਸਰ ਮੋਹਾਲੀ ਤੇ ਚੰਡੀਗੜ੍ਹ ਨੀਅਰਸਟ ਆਫਿਸ ਵਿਜ਼ਿਟ ਕਰੋ ਆਪਣੀ ਕਾਉਂਸਲਿੰਗ ਲਓ ਅਸੈਸਮੈਂਟ ਲਓ ਜੇ ਤੁਹਾਡੀ ਕੋਈ ਚੋਇਸ ਹੈ ਤਾਂ ਉਹ ਵੀ ਜ਼ਰੂਰ ਆਪਣੇ ਡਿਸਕ੍ਰਾਈਬ ਕਰੋ ਕਾਉਂਸਲਰ ਨੂੰ ਕਿ ਜੇ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਸੋ ਨੀਰੈਸਟ ਆਫਿਸ ਵਿਜ਼ਿਟ ਕਰੋ info@landmarkimmigration.com ਤੇ ਵੀ ਈਮੇਲ ਕਰ ਸਕਦੇ ਹੋ ਜੇ ਤੁਹਾਡੀ ਕੋਈ ਕੁਇਰੀ ਹੈ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਇਸੇ ਨੰਬਰ ਤੇ ਵਟਸਐਪ ਕਰਕੇ ਅਪਾਇੰਟਮੈਂਟ ਲੈ ਸਕਦੇ ਹੋ ਸੋ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸ਼ੇਅਰ ਕੀਤੀ ਹੈ ਖਾਸ ਤੌਰ ਤੇ 10+2 ਵਾਲੇ ਪਾਸ ਕੀਤੇ ਹੋਏ ਸਟੂਡੈਂਟਸ ਦੇ ਲਈ ਸੋ ਜ਼ਰੂਰ 9041390412 ਤੇ ਹੈਲਪ ਲਓ ਵਟਸਐਪ ਕਰੋ ਪ੍ਰੋਫਾਈਲ 'ਤੇ ਜੋ ਡਿਸਕਸ਼ਨ ਕਰੋ ਕੋਈ ਵੀ ਕਲੈਰਿਟੀ ਚਾਹੀਦੀ ਹੈ ਹਾਸਲ ਕਰੋ ਤੇ ਫਿਰ ਅਪਲਾਈ ਕਰੋ ਥੈਂਕ ਯੂ ਸੋ ਮਚ ਧੰਨਵਾਦ